ਮਾਮਲਾ ਸਾਹਮਣੇ ਆਇਆ ਸੀ, ਇੱਕ ਨਾਬਾਲਿਗ ਬੱਚੇ ਵੱਲੋਂ ਨਾਬਾਲਿਗ ਬੱਚੇ ਪ੍ਰਤੀ। ਉਹਦੇ ਰਿਗਾਰਡਿੰਗ ਇੱਕ ਪਰਚਾ ਵੀ ਦਰਜ ਹੋਇਆ ਸੀ, ਜਿਹਦੇ ਵਿੱਚ ਕਿ ਲੜਕੇ ਨੂੰ ਅਰੈਸਟ ਕਰਕੇ ਜੁਡੀਸ਼ਲ ਕਸਟਡੀ ਦੇ ਵਿੱਚ ਜੁਵੇਨਾਈਲ ਹੋਮ ਦੇ ਵਿੱਚ ਭੇਜਿਆ ਗਿਆ ਸੀ। ਇਹਦੇ ਵਿੱਚ FIR ਤੋਂ ਬਾਅਦ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਜੋ ਤੱਥ ਸਾਹਮਣੇ ਆਉਂਦੇ ਹੈ, ਉਸੇ ਤਰ੍ਹਾਂ ਐਜ਼ ਪਰ ਲਾਅ ਕਾਰਵਾਈ ਕੀਤੀ ਜਾਊਗੀ। ਅੱਜ ਕਈ ਜਥੇਬੰਦੀਆਂ ਪੇਰੈਂਟਸ ਦੀਆਂ ਅਤੇ ਹੋਰ ਜੋ ਕਿ ਇਹਦਾ ਕੰਸਰਨ ਦੱਸਦੇ ਹੋਏ ਸਕੂਲ ਅੱਗੇ ਜਿਨ੍ਹਾਂ ਨੇ ਧਰਨਾ ਦਿੱਤਾ, ਉਹਨਾਂ ਨਾਲ ਵੀ ਗੱਲਬਾਤ ਹੋਈ ਅਤੇ ਉਹਨਾਂ ਨੂੰ ਇਹ ਆਸ਼ਵਾਸਨ ਦਿਲਾਇਆ ਗਿਆ ਕਿ ਐਜ਼ ਪਰ ਲਾਅ ਜੋ ਕਾਰਵਾਈ ਬਣਦੀ ਹੈ, ਇਹਦੇ ਵਿੱਚ ਤਫਤੀਸ਼ ਦੇ ਦੌਰਾਨ ਜੋ ਜੋ ਤੱਥ ਸਾਹਮਣੇ ਆਉਂਦੇ ਆ ਬਿਲਕੁਲ ਨਿਰਪੱਖ ਢੰਗ ਨਾਲ ਤਫਤੀਸ਼ ਕਰਕੇ ਜਿਹਦਾ ਜੋ ਜੋ ਕਸੂਰ ਬਣਦਾ ਉਸੇ ਹਿਸਾਬ ਨਾਲ ਕਾਰਵਾਈ ਕੀਤੀ ਜਾਊਗੀ। ਆਲਰੇਡੀ ਇਹਦੇ 'ਚ ਜੋ ਲੜਕਾ ਹੈ ਉਹਨੂੰ ਅਰੈਸਟ ਕਰ ਲਿਆ ਗਿਆ। ਸਰ, ਇਸ ਦੇ ਵਿੱਚ ਜਿਹੜਾ ਇੱਕ ਗੱਲ ਦੱਸੋਗੇ, ਧਰਨਾ ਖਾਲੀ ਕਰਨਗੇ ਕਿ ਨਹੀਂ, ਸੜਕ ਖਾਲੀ ਕਰਨਗੇ ਜਾਂ ਨਹੀਂ, ਕੋਈ ਗੱਲ ਹੋਈ ਤੁਹਾਡੇ ਨਾਲ ਇਹਨਾਂ? ਇਹਦੇ 'ਚ ਧਰਨੇ ਰਿਲੇਟਡ ਜੋ ਗੱਲ ਹੋਈ ਸੀ ਉਹ ਇਹੀ ਗੱਲ ਹੋਈ ਸੀ ਕਿ ਇੱਕ ਤਾਂ FIR ਦੀ ਕਾਪੀ ਮੁਹੱਈਆ ਕਰਾਈ ਜਾਵੇ, ਜੋ ਕਿ FIR ਦੀ ਕਾਪੀ ਵੀ ਮੁਹੱਈਆ ਕਰਾਈ ਗਈ ਹੈ। ਪਲੱਸ ਇਹਨਾਂ ਨੇ ਕਿਹਾ ਸੀ ਕਿ ਐਕਸ਼ਨ ਇਨ ਟਾਈਮ ਹੋਣਾ ਚਾਹੀਦਾ, ਜੋ ਕਿ ਲੜਕੇ ਨੂੰ ਅਰੈਸਟ ਵੀ ਕਰ ਲਿਆ ਗਿਆ ਸੀ। ਉਸ ਤੋਂ ਬਾਅਦ ਜੋ ਚੀਜ਼ਾਂ ਸਾਹਮਣੇ ਆਈਆਂ ਇਹਨਾਂ ਨੂੰ, ਇਹਨਾਂ ਜੋ ਕਿ ਐਲੀਗੇਸ਼ਨਸ ਹੈਗੀਆਂ ਕਿ ਮੈਨੇਜਮੈਂਟ ਦੀ ਲਾਪਰਵਾਹੀ ਹੈ, ਉਹ ਵੀ ਜੇ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਜਿਸ ਤਰ੍ਹਾਂ ਦੀ ਲਾਪਰਵਾਹੀ ਸਾਹਮਣੇ ਆਈ ਜਾਂ ਜੇ ਕਿਸੇ ਦਾ ਇਹਦੇ 'ਚ ਕਸੂਰ ਤਫਤੀਸ਼ ਦੇ ਦੌਰਾਨ ਆਉਂਦਾ ਤਾਂ ਉਹਦੇ 'ਤੇ ਬਣਦੀ ਕਾਰਵਾਈ ਕੀਤੀ ਜਾਊਗੀ, ਇਹ ਭਰੋਸਾ ਦਵਾਇਆ ਗਿਆ। ਸਿੱਟ ਬਿਠਾਈ ਗਈ 3 ਮੈਂਬਰੀ, ਪਰ ਉਹਨਾਂ ਨੂੰ ਵੀ ਮੰਨਦੇ ਨਹੀਂ ਪਏ ਕਿਸੇ ਵੱਡੇ ਪੁਲਿਸ ਅਫਸਰ ਕੋਲ ਕਰਾਈ। ਹਾਂਜੀ, ਇਹਦੇ 'ਚ ਜੋ ਜ਼ਿਲ੍ਹਾ ਪੁਲਿਸ ਨੇ SP ਇਨਵੈਸਟੀਗੇਸ਼ਨ ਨੂੰ ਅਮਨਦੀਪ ਕੌਰ SP ਇਨਵੈਸਟੀਗੇਸ਼ਨ ਨੂੰ ਇਹ ਤਫਤੀਸ਼ ਕਰਨ ਵਾਸਤੇ ਹੁਕਮ ਜਾਰੀ ਕੀਤੇ ਹੈ। ਉਸ ਤੋਂ ਇਲਾਵਾ DC ਸਾਹਿਬ ਨੇ ਵੀ SDM ਬਾਬਾ ਬਕਾਲਾ ਮੈਡਮ ਦੇ ਅਧੀਨ ਇੱਕ ਜਾਂਚ ਕਮੇਟੀ ਬਣਾਈ ਹੈ 3 ਮੈਂਬਰੀ। ਉਹਦੇ 'ਚ ਵੀ ਜੇ ਕਿਸੇ ਦਾ ਕਸੂਰ ਸਾਹਮਣੇ ਆਊਗਾ ਉਸੇ ਹਿਸਾਬ ਨਾਲ ਇਹਦੇ 'ਚ ਬਣਦੀ ਕਾਰਵਾਈ ਬੇਸ਼ੱਕ ਕੀਤੀ ਜਾਊਗੀ। ਸਰ, CCTV ਫੁਟੇਜ ਤੁਹਾਨੂੰ ਮਿਲ ਗਈ ਹੈ ਸਕੂਲ ਦੀ, ਜਿਹੜੀ TVR ਦੀ ਕੋਈ ਕਾਲ ਮਾਰੀ ਸੀ? ਇਹ ਜੋ CCTV ਜਾਂ ਹੋਰ ਜਿੰਨੇ ਵੀ ਐਵੀਡੈਂਸ ਹੈਗੇ ਆ ਉਹ ਇਸ ਤਫਤੀਸ਼ ਦੇ ਦੌਰਾਨ ਅਸੀਂ ਇਕੱਠੇ ਕਰ ਰਹੇ ਹਾਂ, ਇੱਕ ਇੱਕ ਕਰਕੇ ਹਰ ਇੱਕ ਐਵੀਡੈਂਸ ਦੀ ਜਾਂਚ ਕੀਤੀ ਜਾਊਗੀ। ਜੋ ਐਵੀਡੈਂਸ ਸਾਹਮਣੇ ਆਇਆ ਉਸੇ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਊਗੀ। ਕਿੰਨੇ ਦਿਨ ਦਾ ਇਹਨੂੰ ਖਤਮ ਕਰਨ ਵਾਸਤੇ ਕੀ ਐਕਸ਼ਨ ਪਲਾਨ ਹੈ ਤੁਹਾਡੇ? ਇਹਦੇ ਵਿੱਚ ਜੋ ਸਕੂਲਸ ਨੂੰ ਵੀ ਹਦਾਇਤਾਂ ਜਾਰੀ ਕਰਕੇ ਜੋ ਬਣਦੀ ਕਾਰਵਾਈ ਹੈ, ਜਿਨ੍ਹਾਂ ਨੇ ਜਿਹੜੇ ਸਕੂਲਸ ਨੇ ਜੋ ਰੂਲਸ ਐਂਡ ਰੈਗੂਲੇਸ਼ਨਸ ਫੋਲੋ ਨਹੀਂ ਕੀਤੀਆਂ ਜਾਂ ਹਦਾਇਤਾਂ ਜੋ ਟਾਈਮ ਟੂ ਟਾਈਮ ਓਨੇਬਲ ਕੋਡਸ ਵੀ ਜਾਰੀ ਕਰਦੀਆਂ ਰਹਿੰਦੀਆਂ, ਉਹ ਹਦਾਇਤਾਂ ਲਾਗੂ ਨਹੀਂ ਕੀਤੀਆਂ, ਉਹਨਾਂ ਖਿਲਾਫ਼ ਵੀ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਊਗੀ। ਇਹਨਾਂ ਦੀ ਇੱਕ ਸਕੂਲ ਮੈਨੇਜਮੈਂਟਸ ਦੀ ਇੱਕ ਮੀਟਿੰਗ ਸੱਦ ਕੇ ਵੀ ਇਹਨਾਂ ਨੂੰ ਇਹਦੇ ਬਾਰੇ ਇਨ ਫਿਊਚਰ ਇਸ ਤਰ੍ਹਾਂ ਦੇ ਇੰਸੀਡੈਂਟਸ ਨਾ ਹੋਣ,
ਉਹਦੇ ਵਾਸਤੇ ਵੀ ਜਾਗਰੂਕ ਕੀਤਾ ਜਾਊਗਾ। ਕਿੰਨੀ ਦੇਰ ਦਾ ਟਾਈਮ ਦਿੱਤਾ ਗਿਆ ਸਿੱਟ ਵੱਲੋਂ ਇਨਕੁਆਇਰੀ ਕਰਨ? ਸਿੱਟ ਵੱਲੋਂ ਇਹਨਾਂ ਨੂੰ ਇਹ ਕਿਹਾ ਗਿਆ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਇਹਦੀ ਜੋ ਕਾਰਵਾਈ ਹੈ ਅਤੇ ਤਫਤੀਸ਼ ਹੈ ਉਹਨੂੰ ਅੱਗੇ ਲੈ ਕੇ ਜਾਇਆ ਜਾਊਗਾ। ਆਲਰੇਡੀ ਤਫਤੀਸ਼ ਦੇ ਵਿੱਚ ਜੋ ਪਹਿਲੀ ਗੱਲ ਸਾਹਮਣੇ ਆਈ ਸੀ, ਜਿਹਨੇ ਇਹ ਕ੍ਰਾਈਮ ਨੂੰ ਅੰਜਾਮ ਦਿੱਤਾ ਸੀ ਉਹਨੂੰ ਆਲਰੇਡੀ ਅਰੈਸਟ ਕਰ ਲਿਆ ਗਿਆ। ਸਰ ਧਰਨਾ ਕਦੋਂ ਤੱਕ ਜਗਦਣਗੇ? ਮੈਂ ਜੋ ਆਸ਼ਵਾਸਨ ਮੈਂ ਤੁਹਾਨੂੰ ਆਲਰੇਡੀ ਬਰੀਫ ਕੀਤਾ ਕਿ ਆਹ ਸਾਰੇ ਆਸ਼ਵਾਸਨ ਅਸੀਂ ਦਿੱਤੇ ਹੈ ਅਤੇ ਜੋ ਜਥੇਬੰਦੀਆਂ ਸਾਡੇ ਕੋਲ ਆਈਆਂ ਸੀ, ਗੱਲਬਾਤ ਹੋਈ ਸੀ, ਇਹ ਆਸ਼ਵਾਸਨ ਉਹਨਾਂ ਨੇ ਜੋ ਮੈਂਬਰ ਬੈਠੇ ਹੈ ਉਹਨਾਂ ਨੂੰ ਇਹ ਆਸ਼ਵਾਸਨ ਦਿੱਤਾ, ਸਾਡੇ ਬਿਹਾਫ 'ਤੇ ਵੀ ਦਿੱਤਾ, ਅਸੀਂ ਵੀ ਦਿੱਤਾ। ਅਤੇ ਮੇਰਾ ਇਹ ਮੰਨਣਾ ਹੈ ਕਿ ਇਹ ਤਸੱਲੀ ਹੋਈ ਹੈ ਜਥੇਬੰਦੀਆਂ ਦੀ। ਮੈਂ ਜੋ ਆਸ਼ਵਾਸਨ ਉਹਨਾਂ ਨੇ ਚਾਹਿਆ ਸੀ ਜਥੇਬੰਦੀਆਂ ਨੇ, ਉਹ ਆਸ਼ਵਾਸਨ ਆਲਰੇਡੀ ਮੈਂ ਦਿੱਤਾ ਹੈਗਾ, ਉਹ ਮੈਂ ਆਲਰੇਡੀ ਕਬੂਲ ਵੀ ਕੀਤਾ।